ਕਿਸੇ ਸੰਦੀਪ ਕੌਰ ਨਾਂ ਦੀ ਉਹਦੇ ਨਾਲ ਫੋਨ ਤੇ ਪਹਿਲਾਂ WhatsApp ਤੇ ਗੱਲਬਾਤ ਕਰਨੀ ਸ਼ੁਰੂ ਕੀਤੀ ਉਹਦੇ ਨਾਲ ਫਰੈਂਡਸ਼ਿਪ ਬਣਾਈ ਫਰੈਂਡਸ਼ਿਪ ਬਣਾਉਣ ਤੋਂ ਬਾਅਦ ਉਹਨੂੰ ਫਿਰ ਝਾਂਸੇ ਵਿੱਚ ਲੈ ਕੇ 14 ਤਰੀਕ ਨੂੰ ਉਹਨੇ ਉਹਨੂੰ ਫੋਨ ਕਰਕੇ ਕਿਹਾ ਵੀ ਮੇਰੇ ਕੋਲ ਚੰਡੀਗੜ੍ਹ ਦੀ ਲੜਕੀ ਆਈ ਹੋਈ ਆ ਤੂੰ ਮੈਨੂੰ ਦਾਣਾ ਮੰਡੀ ਵਿੱਚ ਆ ਕੇ ਮਿਲ ਤੇ ਇਹ ਮੈਂ ਲੜਕੀ ਤੇਰੇ ਨਾਲ ਭੇਜ ਦਿਆਂਗੀ ਇਹ ਉਹਨਾਂ ਦੇ ਝਾਂਸੇ ਵਿੱਚ ਆ ਕੇ ਉੱਥੇ ਕਾਰ ਲੈ ਕੇ ਚਲਾ ਗਿਆ ਜਿੱਥੇ ਕਾਰ ਦੇ ਵਿੱਚ ਦੋ ਲੜਕੀਆਂ ਬੈਠੀਆਂ ਹੋਈਆਂ ਸੀ ਉੱਥੇ ਉਹ ਇਹਦੀ ਕਾਰ ਦੇ ਵਿੱਚ ਸ਼ਿਫਟ ਹੋ ਗਈਆਂ ਔਰ ਕਾਰ ਚ ਸ਼ਿਫਟ ਹੋਣ ਤੋਂ ਬਾਅਦ ਜਦੋਂ ਇਹ ਚੱਲਣ ਲੱਗੇ ਆ ਤੇ ਇਹਨਾਂ ਨੂੰ ਮੋਟਰਸਾਈਕਲ ਤੇ ਸਵਾਰ ਦੋ ਲੜਕਿਆਂ ਨੇ ਉੱਥੇ ਡੱਕ ਲਿਆ ਇਹਦੇ ਕੋ ਚਾਬੀ ਖੋ ਕੇ ਇਹਦੀ ਗੱਡੀ ਚਲਾਉਣ ਲੱਪੇ ਇਹਨੂੰ ਇਥੋਂ ਗਵਾਹ ਕਰਕੇ ਨਡਾਲੇਕਰ ਦੇ ਵਿੱਚ ਲੈ ਗਏ ਉੱਥੇ ਜਾ ਕੇ ਫਿਰ ਇਹਨਾਂ ਨੇ ਇਹਨੂੰ ਬਲੈਕਮੇਲ ਕੀਤਾ ਬਲੈਕਮੇਲ ਕਰਕੇ ਇਹਦੇ ਕੋ 2 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਸੀ ਇਹਨੇ ਫਿਰ ਸਾਨੂੰ ਆਣ ਕੇ ਇੱਥੇ ਇਨਫੋਰਮੇਸ਼ਨ ਦਿੱਤੀ ਸਾਡੇ ਅਸ ਅਸ਼ੋਕ ਕੁਮਾਰ ਨੂੰ ਫਿਰ ਇਹਦਾ ਟਰੈਪ ਲਾ ਕੇ ਆਪਾਂ ਫਿਰ ਇਹ ਦੋ ਬੰਦਿਆਂ ਨੂੰ ਆਪਾਂ ਸੰਦੀਪ ਕੌਰ ਤੇ ਅਰਵਿੰਦਰ ਸਿੰਘ ਨੂੰ ਆਪਾਂ ਕੱਲ ਕਾਬੂ ਕੀਤਾ ਹੈ ਫੋਨ ਤੇ ਮਿੱਠੀਆਂ ਗੱਲਾਂ ਕਰਕੇ ਦੋਸਤੀ ਕਰਦੀਆਂ ਸਨ ਇਹ ਕੁੜੀਆਂ ਫਿਰ ਅੱਖਾਂ ਤੇ ਸਾਹਮਣੇ ਵਿਖਾਉਂਦੀਆਂ ਸਨ ਹਸਨ ਆਪਣਾ ਫਿਰ ਬੰਦਾ ਹੁੰਦਾ ਸੀ ਸ਼ਿਕਾਰ ਤੇ ਗਵਾੰਦਾ ਸੀ ਲੱਖਾਂ ਆਪਣੇ ਕਪੂਰਥਲਾ ਪੁਲਿਸ ਨੇ ਇੱਕ ਜਿਹੇ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਲੜਕੀਆਂ ਦੇ ਸਹਾਰੇ ਨੌਜਵਾਨਾਂ ਨਾਲ ਫੋਨ ਤੇ ਦੋਸਤੀ ਕਰਦੇ ਸਨ ਫਿਰ ਉਹਨਾਂ ਨੂੰ ਆਪਣੀ ਖੁਸੂਸਤ ਦੇ ਜਾਲ ਵਿੱਚ ਵਿਸਾਰ ਕੇ ਉਹਨਾਂ ਨੂੰ ਬਲੈਕਮੇਲ ਕਰਕੇ ਲੱਖਰ ਰੁਪਏ ਹੁਣ ਤੱਕ ਇਸ ਗਰੋਹ ਨੇ ਲੁੱਟੇ ਨੇ ਜਿਸ ਜਿਸ ਤੋਂ ਬਾਅਦ ਇਸ ਗਰੋਹ ਦੇ ਦੋ ਮੈਂਬਰਾਂ ਨੂੰ ਜਿੰਨਾਂ ਵਿੱਚ ਇੱਕ ਔਰਤ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਹੈ ਤਸਵੀਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਉਹੀ ਔਰਤ ਹੈ ਜੋ ਗੱਲਾਂ ਵਿੱਚ ਲਾਕ ਕੇ ਨੌਜਵਾਨਾਂ ਤੋਂ ਆਪਣਾ ਸ਼ਿਕਾਰ ਪੜਾਉਂਦੀ ਸੀ ਘਰਪੇ ਲੁੱਟ ਲੈਂਦੀ ਸੀ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਨੇ ਪੁਲਸ ਅਧਿਕਾਰੀਆਂ ਕੀ ਦੱਸਿਆ ਤੁਸੀਂ ਵੀ ਸੁਣੋ ਗੈਂਗ ਨੂੰ ਬਰਸਟ ਕੀਤਾ ਜਿਹਦੇ ਵਿੱਚ ਇੱਕ ਅਰਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਮੈਰੀਪੁਰ ਪਿੰਡ ਥਾਣਾ ਸਤਾਂਪੁਰ ਲੋਧੀ ਦਾ ਇਹਨੇ ਆਣ ਕੇ ਇਨਫੋਰਮੇਸ਼ਨ ਦਿੱਤੀ ਸੀ ਥਾਣੇ ਆਪਣੇ ਸਾਡੇ ਏਐਸਆਈ ਸ਼ੋਕਮਾਰ ਨੇ ਮਾਰਫੇਡ ਚੌਂਦੇ ਵਿੱਚ ਨਾਕਾ ਲਾਇਆ ਸੀ ਨਾਕੇ ਦੌਰਾਨ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਇਹਨਾਂ ਦੇ ਨਾਲ ਇੱਕ ਗੈਂਗ ਨੇ ਠੱਗੀ ਮਾਰੀ ਆ ਜਿਸ ਤਰ੍ਹਾਂ ਕੋਈ ਇੱਕ ਲੜਕੀ ਸੀ ਸੰਦੀਪ ਕੌਰ ਨਾਂ ਦੀ ਉਹ ਇਹਦੇ ਨਾਲ ਫੋਨ ਤੇ ਪਹਿਲਾਂ ਵਟਸਐਪ ਤੇ ਗੱਲਬਾਤ ਕਰਨੀ ਸ਼ੁਰੂ ਕੀਤੀ ਉਹਦੇ ਨਾਲ ਫਰੈਂਡਸ਼ਿਪ ਬਣਾਈ ਫਰੈਂਡਸ਼ਿਪ ਬਣਾਉਣ ਤੋਂ ਬਾਅਦ ਉਹਨੂੰ ਫਿਰ ਚਾਂਸੇ ਵਿੱਚ ਲੈ ਕੇ 14 ਤਰੀਕ ਨੂੰ ਉਹਨੇ ਨੂੰ ਫੋਨ ਕਰਕੇ ਕਿਹਾ ਵੀ ਮੇਰੇ ਕੋਲ ਚੰਡੀਗੜ੍ਹ ਦੀ ਲੜਕੀ ਆਈ ਹੋਈ ਆ ਤੂੰ ਮੈਨੂੰ ਦਾਣਾ ਮੰਡੀ ਵਿੱਚ ਆ ਕੇ ਮਿਲ ਤੇ ਇਹ ਮੈਂ ਲੜਕੀ ਤੇਰੇ ਨਾਲ ਭੇਜ ਦਿਆਂਗੀ ਇਹ ਉਹਨਾਂ ਦੇ ਚਾਂਸੇ ਵਿੱਚ ਆ ਕੇ ਉੱਥੇ ਕਾਰ ਲੈ ਕੇ ਚਲਾ ਗਿਆ ਜਿੱਥੇ ਕਾਰ ਦੇ ਵਿੱਚ ਦੋ ਲੜਕੀਆਂ ਬੈਠੀਆਂ ਹੋਈਆਂ ਸੀ ਉੱਥੇ ਉਹ ਇਹਦੀ ਕਾਰ ਦੇ ਵਿੱਚ ਸ਼ਿਫਟ ਹੋ ਗਈਆਂ ਔਰ ਕਾਰ ਚਿਫਟ ਹੋਣ ਤੋਂ ਬਾਅਦ ਜਦੋਂ ਇਹ ਚੱਲਣ ਲੱਗੇ ਆ ਤੇ ਇਹਨਾਂ ਨੂੰ ਮੋਟਰਸਾਈਕਲ ਤੇ ਸਵਾਰ ਦੋ ਲੜਕਿਆਂ ਨੇ ਉੱਥੇ ਡੱਕ ਲਿਆ ਇਹਦੇ ਕੋ ਚਾਬੀ ਖੋ ਕੇ ਇਹਦੀ ਗੱਡੀ ਚਲਾਉਣ ਲੱਪੇ ਇਹਨੂੰ ਇਥੋਂ ਗਵਾਹ ਕਰਕੇ ਨਡਾਲੇਕ ਕਰਦੇ ਵਿੱਚ ਲੈ ਗਏ ਉੱਥੇ ਜਾ ਕੇ ਫਿਰ ਇਹਨਾਂ ਨੇ ਇਹਨੂੰ ਬਲੈਕਮੇਲ ਕੀਤਾ ਬਲੈਕਮੇਲ ਕਰਕੇ ਇਹਦੇ ਕੋ 2 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਸੀ ਕਿ ਸਾਨੂੰ 2 ਲੱਖ ਰੁਪਏ ਦੇ ਨਹੀਂ ਤਾਂ ਤੇਰੇ ਘਰੇ ਜਾਂ ਤੇਰੇ ਤੇਰੇ ਕਲਾਪ ਆਪਾਂ ਕਾਰਵਾਈ ਕਰਵਾਵਾਂਗੇ ਉਸ ਤੋਂ ਬਾਅਦ ਇਹਨੇ ਉਹਨਾਂ ਨਾਲ ਨੇਗੋਸ਼ੀਏਟ ਕੀਤਾ 1.5 ਲੱਖ ਰੁਪਏ ਦੀ ਗੱਲਬਾਤ ਹੋ ਗਈ 1.5 ਲੱਖ ਚੋਂ 20 20 ਹਜ਼ਾਰ ਰੁਪਏ ਦੇ ਨੇ ਆਪਣਾ ਉਦੋਂ 30000 ਇਹਨੇ ਆਪਣੇ ਕਿਤੇ ਦੋਸਤੋਂ ਪੇਟੀਐਮ ਚੋਂ ਉਹਨਾਂ ਨੂੰ ਪੇਮੈਂਟ ਕਰ ਦਿੱਤੀ ਔਰ ਇੱਕ ਚੈੱਕ ਉਹਦਾ ਚੈੱਕ ਬੁੱਕ ਤੋਂ ਉਹਨਾਂ ਨੇ ਕੱਟ ਕੇ ਸੀ ਹਜ਼ਾਰ ਦਾ ਰੱਖ ਲਿਆ ਤੇ ਇਹਨੂੰ ਛੱਡ ਦਿੱਤਾ ਪਰ ਉਸ ਤੋਂ ਬਾਅਦ ਫਿਰ ਇਹਨੂੰ ਉਹ ਬਲੈਕਮੇਲ ਕਰਦੇ ਰਹੇ ਦੁਬਾਰਾ ਡਿਮਾਂਡ ਕਰਦੇ ਰਹੇ ਕਿ ਤੂੰ ਸਾਨੂੰ 80000 ਰੁਪਏ ਕੈਸ਼ ਦੇ ਕੇ ਜਾਂ ਆਪਣਾ ਚੈੱਕ ਵਾਪਸ ਲਾ ਜਾ ਨਹੀਂ ਤਾਂ ਤੇਰੇ ਖਿਲਾਫ ਆਪਾਂ ਕਾਰਵਾਈ ਕਰਾਂਗੇ ਇਹਨੇ ਫਿਰ ਸਾਨੂੰ ਆਣ ਕੇ ਇੱਥੇ ਇਨਫੋਰਮੇਸ਼ਨ ਦਿੱਤੀ ਸਾਡੇ ਐਸ ਅਸ਼ੋਕ ਕੁਮਾਰ ਨੂੰ ਫਿਰ ਇਹਦਾ ਟਰੈਪ ਲਾ ਕੇ ਆਪਾਂ ਫਿਰ ਇਹ ਦੋ ਬੰਦਿਆਂ ਨੂੰ ਆਪਾਂ ਸੰਦੀਪ ਕੌਰ ਤੇ ਅਰਵਿੰਦਰ ਸਿੰਘ ਨੂੰ ਆਪਾਂ ਕੱਲ ਕਾਬੂ ਕੀਤਾ ਹੈ ਔਰ ਇਹਨਾਂ ਨੇ ਫਿਰ ਖਲਾਸਾ ਕੀਤਾ ਵੀ ਅਸੀਂ ਇਦਾਂ ਦਾ ਗੈਂਗ ਬਣਾਇਆ ਹੋਇਆ ਇਹਨਾਂ ਨਾਲ ਤਿੰਨ ਬੰਦੇ ਹੋਰ ਨੇ ਇੱਕ ਲੇਡੀ ਆ ਦੋ ਮੁੰਡੇ ਜਿਹੜੇ ਇਦਾਂ ਲੋਕਾਂ ਨੂੰ ਝਾਂਸਾ ਦੇ ਕੇ ਤੇ ਡੁੱਟਦੇ ਆ ਫਿਰ ਇਹਨਾਂ ਦੇ ਖਿਲਾਫ ਆਪਾਂ 293 ਨੰਬਰ ਐਫ ਆਈ ਆਰ ਜਿਹੜੀ ਕੱਲ ਦਰਜ ਕੀਤੀ ਅੰਡਰ ਸੈਕਸ਼ਨ 365 384 342 420 120 ਬੀ ਆਈ ਪੀ ਸੀ ਦੀ ਦੋ ਬੰਦੇ ਆਪਾਂ ਅਰੈਸਟ ਕਰ ਲਿਆ ਤਿੰਨ ਜੇ ਅਰੈਸਟ ਕਰਨ ਵਾਲੇ ਬਾਕੀ ਆ ਸਰ ਪਹਿਲਾਂ ਵੀ ਕਿੰਨੀਆਂ ਵਾਰਦਾਤਾਂ ਕੀਤੀਆਂ ਇਹਨਾਂ ਨੇ ਇਸ ਤਰ੍ਹਾਂ ਦੀ ਵਾਰਦਾਤਾਂ ਆ ਅਜੇ ਤਾਂ ਕਿਉਂਕਿ ਹੁਣ ਰਿਮਾਂਡ ਤੇ ਆਪਾਂ ਲੈ ਕੇ ਆਏ ਇਹਨਾਂ ਨੂੰ 2 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਆ ਉਹਦੇ ਵਿੱਚ ਆਪਾਂ ਇਹਨਾਂ ਕੋਲ ਪੁਸ਼ਕਿਸ਼ ਕਰਾਂਗੇ ਅਜੇ ਇਹਨਾਂ ਕੋਲ ਰਿਕਵਰੀ ਵੀ ਕਰਨੀ ਬਾਕੀ ਆ ਮੇਨ ਇਹਨਾਂ ਦਾ ਜਿਹੜਾ ਗੈਂਗ ਲੀਡਰ ਸਾਜਨ ਦੱਸਦੇ ਆ ਉਰਾਵਾ ਪਿੰਡ ਦਾ ਰਹਿਣ ਵਾਲਾ ਆ ਉਹ ਭੱਜਿਆ ਹੋਇਆ ਉਹ ਕਲੀਅਰ ਕਰੇਗਾ ਜੀ ਕਿੰਨੀਆਂ ਗਵਾਰਦਤਾਂ ਨੇ ਕੀਤੀਆਂ ਇਹ ਤਾਂ ਡੈਫੀਨੇਟ ਆ ਵੀ ਫਸਟ ਵਾਰਦਾਤ ਇਹਨਾਂ ਦੀ ਨਹੀਂ ਹੋਏਗੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਹੁਣ ਆਪਾਂ ਹੁਣ ਰਿਮਾਂਡ ਦੇ ਦੌਰਾਨ ਇਹਨਾਂ ਕੋਲ ਪੁਸ਼ਕਿਸ਼ ਕਰਕੇ